ਭਾਜੀ ਅਸੀਂ ਸਾਨੂੰ 2 ਵਜੇ ਰਾਤੀ ਪਤਾ ਲੱਗਿਆ ਵੀ ਤੁਹਾਡੀ ਦੁਕਾਨ 'ਤੇ ਅੱਗ ਲੱਗ ਗਈ ਹੈ। ਅਸੀਂ ਭੱਜੇ ਭੱਜੇ ਆਏ ਦੁਕਾਨ 'ਤੇ ਅਤੇ ਦੇਖਿਆ ਦੁਕਾਨ ਇੱਕਦਮ ਪਾਪੜ ਜੇ ਪੈਂਦੇ ਪਏ ਸੀ, ਅੱਗ ਐਂ ਪੂਰੀ ਲੱਗੀ ਹੋਈ ਸੀ। ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਅਸੀਂ ਫੋਨ ਕੀਤਾ, ਉਹਨਾਂ ਨੇ ਅੱਗ ਜੰਦਰੋਂ ਆਏ ਆ, 3:30 ਵਜੇ ਅੱਗ ਬੁਝਾਈ ਉਹਨਾਂ ਨੇ। ਉਸ ਤੋਂ ਬਾਅਦ ਇੱਕ ਬੰਦਾ ਮੂਹਰੇ ਇੱਥੇ ਡਿੱਗਿਆ ਪਿਆ ਜੀ, ਮਰਿਆ ਪਿਆ ਜੀ। ਇੱਕ ਬੰਦਾ ਦੌੜ ਗਿਆ ਜੀ, ਉਹ ਪੁਲਿਸ ਵਾਲਿਆਂ ਨੇ ਫੜ ਲਿਆ ਉਹਨੂੰ। ਦੋ ਸੀਗੇ ਜੀ? ਹਾਂਜੀ, ਦੋ ਬੰਦੇ ਸੀ ਇਹ, ਪਤਾ ਨਹੀਂ 2 ਸੀ 3 ਸੀ, ਜੋ ਸੀ 2 ਸੀ, ਇੱਕ ਫੜ ਹੋ ਗਿਆ ਇੱਕ ਸੀ। ਉਸ ਤੋਂ ਬਾਅਦ ਬਾਕੀ ਜੋ ਪੁਲਿਸ ਵਾਲੀ ਕਾਰਵਾਈ ਉਹ ਕਹਿੰਦੇ ਕਰ ਲਿਆ, ਸਵੇਰੇ ਦੱਸਾਂਗੇ, ਬਾਕੀ ਜੋ ਹੋ ਗਿਆ ਉਹ ਦੱਸਣਗੇ। ਨੁਕਸਾਨ ਭਾਜੀ ਘੱਟੋ ਘੱਟ 10-12 ਲੱਖ ਤੋਂ ਉੱਪਰ ਹੋ ਗਿਆ ਨੁਕਸਾਨ। 12 ਲੱਖ ਤੋਂ ਉੱਪਰ ਹੀ ਹੋਊਗਾ, ਇਹ ਮਾਲ ਕਾਫੀ ਸੀਗਾ, ਪੂਰੀ ਭਰੀ ਸ਼ੱਕ ਸ਼ੁਕ ਭਾਜੀ ਕਿਹਦੇ 'ਤੇ? ਸਾਡੀ ਕਿਹੜਾ ਕਿਸੇ ਨਾਲ ਨਾ ਲੈਣੀ ਨਾ ਦੇਣੀ ਹੈ, ਸਾਡੀ ਨਾ ਕਿਸੇ ਨਾਲ ਲੱਗਦੀ ਨਾ ਕੁਛ ਵੀ ਨਹੀਂ, ਸਾਡੀ ਮਾਤਰ ਬੰਦੇ ਹਾਂ ਅਸੀਂ। ਦਸ ਮਿੰਟ 'ਤੇ ਮੌਕੇ 'ਤੇ ਪਹੁੰਚੇ ਤਾਂ ਇੱਥੇ ਆ ਸ਼ੋਪ ਨੂੰ ਅੱਗ ਲੱਗੀ ਹੋਈ ਸੀ, ਇੱਕ ਇੱਥੇ ਡੈੱਡ ਬੋਡੀ ਪਈ ਸੀ, ਅਤੇ ਸਾਹਮਣੇ ਘਰ ਵਾਲਿਆਂ ਦੇ ਦੱਸਣ ਮੁਤਾਬਕ ਇੱਕ ਬੰਦਾ ਅੱਗ ਲੱਗੀ ਅਤੇ ਇੱਥੋਂ ਭੱਜ ਗਿਆ। ਉੱਧਰ ਅਸੀਂ ਉਹਦੇ ਪਿੱਛੇ ਪੁਲਿਸ ਪਾਰਟੀ ਭੇਜੀ, ਜਦ ਨੂੰ ਫਾਇਰ ਬ੍ਰਿਗੇਡ ਆ ਗਈਆਂ ਅਤੇ ਉਹਨਾਂ ਦਾ ਇੰਤਜ਼ਾਮ ਕਰਕੇ ਅੱਗ ਨੂੰ ਬੁਝਾਇਆ। ਦੁਕਾਨਦਾਰ ਵੀ ਮਾਲਕ ਵੀ ਆ ਗਿਆ ਸੀ ਰਾਤ, ਤਾਂ ਹੁਣ ਜੋ ਪਤਾ ਲੱਗਾ ਵੀ ਇਹ ਜਲੰਧਰ ਤੋਂ ਬੰਦੇ ਆਏ ਸੀ 3, ਇਹਨਾਂ ਨੇ ਦੁਕਾਨ ਦਾ ਸ਼ਟਰ ਤੋੜਿਆ, ਸ਼ਟਰ ਤੋੜ ਕੇ ਅੰਦਰ ਪੈਟਰੋਲ ਛਿੜਕਿਆ। ਇਹਨਾਂ ਕੋਲ 2 ਪਲਾਸਟਿਕ ਦੀਆਂ ਬੋਤਲਾਂ ਸੀ ਪੈਟਰੋਲ ਦੀਆਂ, ਇੱਕ ਛਿੜਕੀ ਆ, ਇੱਕ ਅਜੇ ਬੰਦ ਹੀ ਸੀ, ਤਾਂ ਨਸ਼ੇ 'ਚ ਸੀ, ਇੱਕ ਨੇ ਉਸੇ ਵੇਲੇ ਅੱਗ ਲਾਤੀ ਅਤੇ ਦੂਜੇ ਨੇ ਸ਼ਟਰ ਸਿੱਟਤਾ। ਜਦੋਂ ਪੈਟਰੋਲ ਛਿੜਕਿਆ ਇੱਕ ਦੀਆਂ ਲੱਤਾਂ ਨੂੰ ਵੀ ਪੈ ਗਿਆ, ਉਹਦੀਆਂ ਲੱਤਾਂ ਨੂੰ ਅੱਗ ਲੱਗ ਗਈ, ਅਤੇ ਜਦੋਂ ਦੂਜੀ ਬੋਤਲ ਦਾ ਧਮਾਕਾ ਹੋਇਆ ਬਲਾਸਟ, ਦੁਕਾਨ ਕਮਜ਼ੋਰ ਸੀ, ਸ਼ਟਰ ਪੱਟ ਕੇ ਉਹਦੇ ਉੱਤੇ ਵੱਜਾ ਮੂੰਹ 'ਤੇ, ਉਹ ਥਾਂ ਉਹਦੀ ਡੈੱਥ ਹੋ ਗਈ। ਉਹ ਮੁੰਡਾ ਜਲੰਧਰ ਦਾ ਆਇਆ ਪ੍ਰਦੀਪ ਜੀ ਦੀ ਡੈੱਥ ਹੋਈ ਹੈ, ਉਹਦੀ ਬੋਡੀ ਅਸੀਂ ਮੌਜਰੀ 'ਚ ਦਿਖਾਤੀ ਹੈ। ਜਿਹੜਾ ਦੂਜਾ ਇੰਜਰਡ ਸੀਗਾ ਉਹਨੂੰ ਵੀ ਅਸੀਂ ਰਾਤ 3:30 ਵਜੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜੀਸੀ ਰੋਡ ਤੋਂ, ਉਹ ਵੀ ਜੇਰੇ ਇਲਾਜ ਆ, ਉਹ 80% ਬਰਨ ਆ। ਇੱਥੋਂ ਉਹਨੂੰ ਜਲੰਧਰ ਰੈਫਰ ਕੀਤਾ ਸੀ, ਜਲੰਧਰ ਤੋਂ ਉਹਨੂੰ ਅੰਮ੍ਰਿਤਸਰ ਲਈ ਰੈਫਰ ਕਰਤਾ। ਬਾਕੀ ਅਸੀਂ ਸਾਰੇ ਲੀਗਲ ਐਸਪੈਕਟ ਦੇਖ ਰਹੇ ਹਾਂ, ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਇਹ 'ਚ ਸਖ਼ਤ ਤੋਂ ਸਖ਼ਤ ਕੀਤੀ ਜਾਵੇਗੀ। ਡਾਰਕ ਹੋਣ ਕਰਕੇ ਛੱਤ ਵੀ ਦੂਜੀ ਸੀ ਨਾ, ਲੋਕ ਦੋਨੋਂ ਤਾਰੇ ਰਹੇ।